ਹਾਂਜੀ, ਕੰਬੋਜ ਰੈਕਟ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਪਹਿਲਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੋਊਗਾ ਕਿ ਪਿਛਲੇ ਕੁਝ ਟਾਈਮ ਤੋਂ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਅਤੇ ਸਟੈਫਲਨ ਡਨ ਦੇ ਡੈਲੇਮਾ ਗਾਣੇ ਦੀ ਬਹੁਤ ਹੀ ਜ਼ਿਆਦਾ ਚਰਚਾ ਹੋ ਰਹੀ ਹੈ, ਕਿਉਂਕਿ ਸਟੈਫਲਨ ਡਨ ਵੱਲੋਂ ਆਪਣੀ ਨਵੀਂ ਆਉਣ ਵਾਲੀ ਐਲਬਮ ਦੀ ਅਨਾਊਂਸਮੈਂਟ ਕੀਤੀ ਗਈ ਹੈ, ਜਿਸ ਐਲਬਮ ਦਾ ਨਾਮ ਹੈ ਆਈਲੈਂਡ 54। ਅਤੇ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਸਟੈਫਲਨ ਡਨ ਵੱਲੋਂ ਇੱਕ ਰਫ ਟਰੈਕਲਿਸਟ ਵੀ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਡੈਲੇਮਾ ਗਾਣਾ ਵੀ ਮੌਜੂਦ ਸੀ। ਅਤੇ ਉੱਥੇ ਉਹਨਾਂ ਨੂੰ ਦੱਸ ਦਈਏ ਕਿ ਕੱਲ੍ਹ ਹੀ ਸਟੈਫਲਨ ਡਨ ਵੱਲੋਂ ਇਸ ਐਲਬਮ ਦੀ ਲਿਸਨਿੰਗ ਪਾਰਟੀ ਰੱਖੀ ਗਈ ਸੀ। ਅਤੇ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਟੈਫਲਨ ਡਨ ਵੱਲੋਂ ਇਸ ਪਾਰਟੀ ਵਿੱਚ ਡੈਲੇਮਾ ਗਾਣਾ ਪਲੇ ਨਹੀਂ ਕੀਤਾ ਗਿਆ, ਅਤੇ ਸ਼ਾਇਦ ਹੁਣ ਇਹ ਗਾਣਾ ਐਲਬਮ ਤੋਂ ਬਾਅਦ ਰਿਲੀਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਹੁਣ ਡੈਲੇਮਾ ਗਾਣੇ ਦਾ ਇੱਕ ਪੋਸਟਰ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ, ਪਰ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਫੈਨਮੇਡ ਪੋਸਟਰ ਹੈ। ਅੱਗੇ ਗੱਲ ਕਰਦੇ ਹਾਂ ਕਰਨ ਔਜਲਾ ਦੇ ਨਵੇਂ ਆਉਣ ਵਾਲੇ ਗਾਣੇ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੋਊਗਾ ਕਿ ਪਿਛਲੇ ਇੱਕ ਲਾਈਵ ਵਿੱਚ ਕਰਨ ਔਜਲੇ ਵੱਲੋਂ ਆਪਣੇ ਨਵੇਂ ਆਉਣ ਵਾਲੇ ਗਾਣੇ ਦਾ ਨਾਮ ਦੱਸਿਆ ਗਿਆ ਸੀ, ਜਿਸ ਗਾਣੇ ਦਾ ਨਾਮ ਹੈ ਹੀਟ। ਤੇ ਇਸ ਗਾਣੇ ਦੇ ਵਿੱਚ ਮਿਊਜ਼ਿਕ ਮੰਨਾ ਮਿਊਜ਼ਿਕ ਦਾ ਹੋਣ ਵਾਲਾ ਹੈ। ਹੀਟ ਮੰਨਾ ਮਿਊਜ਼ਿਕ ਨਾਲ ਗਾਣਾ ਬਣਾਇਆ ਆਪਾਂ ਹੀਟ ਬਾਬ। ਤੇ ਉੱਥੇ ਹੁਣ ਤੁਹਾਨੂੰ ਦੱਸ ਦਈਏ ਕਿ ਕੱਲ ਰਾਤੀ ਹੀ ਕਰਨ ਔਜਲਾ ਵੱਲੋਂ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ, ਜਿਸ ਦੇ ਕਮੈਂਟ ਸੈਕਸ਼ਨ ਵਿੱਚ ਔਜਲੇ ਦੇ ਟੀਮ ਦੇ ਮੈਂਬਰ ਸੁਖ ਬਾਜਵਾ ਵੱਲੋਂ ਕਮੈਂਟ ਕਰਦੇ ਹੋਏ ਲਿਖਿਆ ਗਿਆ, ਨੈਕਸਟ ਵਨ ਇਜ਼ ਫਾਇਰ। ਤੇ ਇਸ ਤੋਂ ਬਾਅਦ ਇਹੀ ਲੱਗ ਰਿਹਾ ਕਿ ਸ਼ਾਇਦ ਹੀਟ ਗਾਣੇ ਦੀ ਹੀ ਗੱਲ ਕੀਤੀ ਗਈ ਹੈ, ਜੋ ਕਿ ਕਿਸੇ ਵੀ ਟਾਈਮ ਰਿਲੀਜ਼ ਹੋ ਸਕਦਾ ਹੈ। ਬਾਕੀ ਕਰਨ ਔਜਲਾ ਦੇ ਇੱਕ ਹੋਰ ਨਵੇਂ ਗਾਣੇ ਬਾਰੇ ਵੱਡੀ ਅਪਡੇਟ ਆਈ ਸਾਹਮਣੇ, ਜਿਸ ਵੀਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ, ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।